ਚੜ੍ਹਤ ਸਿੰਘ ਇੱਕ ਆਮ ਮਨੁੱਖ ਤੋਂ ਬਲਵਾਨ ਮਿਸਲਦਾਰ ਬਣ ਗਿਆ। ਵੱਡੇ ਘੱਲੂਘਾਰੇ ਵਿੱਚ ਬਹਾਦਰੀ ਮਗਰੋਂ ਚੜ੍ਹਤ ਸਿੰਘ ਸਿੱਖਾਂ ਦਾ ਇੱਕ ਹਰਮਨ ਪਿਆਰਾ ਯੋਧਾ ਬਣ ਗਿਆ। ਭੰਗੀ ਮਿਸਲ ਦੇ ਸਰਦਾਰ ਪਠਾਨਕੋਟ ਕਨਈਆ ਮਿਸਲ ਤੋਂ ਵਾਪਸ ਲੈਣ ਲਈ ਹਮਲਾ ਕਰਨ ਦਾ ਫੈਸਲਾ ਕਰਦੇ ਨੇ। ਇਸ ਕੰਮ ਲਈ ਉਹ ਜੱਸਾ ਸਿੰਘ ਰਾਮ ਗੜੀਏ ਤੋਂ ਮਦਦ ਮੰਗ ਲੈਂਦੇ ਨੇ। 1783 ਵਿੱਚ ਬਲਵਾਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਚਲਾਣਾ ਕਰ ਗਿਆ। ਮਹਾਨ ਸਿੰਘ ਸੁਕਰਚੱਕੀਆਂ ਨੇ ਜੰਮੂ ਸ਼ਹਿਰ 'ਤੇ ਹਮਲਾ ਕੀਤਾ ਅਤੇ ਜੰਮੂ ਦੇ ਰਾਜ ਤੋਂ ਖਰਾਜ ਵੀ ਲਿਆ, ਨਾਲੇ ਸ਼ਹਿਰ ਨੂੰ ਲੁੱਟਿਆ ਵੀ। ਮਹਾਨ ਸਿੰਘ ਪਿੰਡ ਪਿੰਡ ਜੈ ਸਿੰਘ ਕਨਈਆ ਦਾ ਪਿੱਛਾ ਕਰ ਰਿਹਾ ਸੀ। ਸਦਾ ਕੌਰ ਜੈ ਸਿੰਘ ਦੀ ਨੂੰਹ ਸੀ। ਉਹ ਬੜੀ ਸਿਆਣੀ ਅਤੇ ਨੀਤੀਵਾਨ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਦੇ ਪੰਜਾਬ ਦੀ ਸਥਿਤੀ ਅਤੇ ਹਾਲਾਤਾਂ 'ਤੇ ਹੁਣ ਤੱਕ ਮੈਂ ਤਰਦੀ ਸਰਸਰੀ ਝਾਤ ਪਾਈ ਹੈ। ਜੇ ਮੈਂ ਡੂੰਘੀ ਗੱਲਬਾਤ ਕਰਦੀ ਤਾਂ ਇਸ ਟੌਪਿਕ 'ਤੇ 1000 ਐਪੀਸੋਡਸ ਵੀ ਘੱਟ ਸਨ। ਪੁਰਾਤਨ ਮੁੱਢਲੀ ਤਹਿਜ਼ੀਬ ਅਤੇ ਤਰੀਖ ਤੋਂ ਲੈ ਕੇ ਗਜ਼ਨਵੀ, ਗੌਰੀ ਅਤੇ ਚੁਗੱਤੇ ਹਮਲਾਵਰਾਂ ਬਾਰੇ ਗੱਲਬਾਤ ਕੀਤੀ। ਫਿਰ ਇਸ ਤੋਂ ਬਾਅਦ ਲੋਧੀ ਖਾਨਦਾਨ, ਖਾਨਦਾਨੇ ਗੁਲਾਮਾਂ ਅਤੇ ਮੁਗਲਾਂ ਦੀ ਵੀ ਗੱਲਬਾਤ ਹੋਈ। ਫਿਰ ਨਾਦਰ ਸ਼ਾਹ ਅਤੇ ਅਬਦਾਲੀ ਦੇ ਹਮਲਿਆਂ ਦਾ ਵੀ ਜ਼ਿਕਰ ਹੋਇਆ। ਇਹਨਾਂ ਸਾਰੇ ਹਮਲਾ ਆਵਰਾਂ ਦੇ ਮੁਕਾਬਲੇ ਵਿੱਚ ਰਾਜਪੂਤਾਂ, ਪੱਟੀਆਂ, ਗੱਖੜਾਂ ਅਤੇ ਸਿੱਖਾਂ ਦੀ ਮਜ਼ਾਮਤ ਦੀ ਗੱਲਬਾਤ ਵੀ ਹੋਈ। ਪਿਛਲੀ ਵੀਡੀਓ 'ਚ ਮੈਂ ਦੱਸਿਆ ਸੀ ਕਿ ਕਿਵੇਂ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਅੱਗੇ ਬੇਵੱਸ ਹੋ ਕੇ ਪੰਜਾਬ ਤੋਂ ਪਰਤ ਗਿਆ। ਅੱਜ ਦੀ ਵੀਡੀਓ ਵਿੱਚ ਮੈਂ ਅਬਦਾਲੀ ਦੇ ਪੰਜਾਬ ਤੋਂ ਜਾਣ ਮਗਰੋਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀ ਸ਼ੁਰੂਆਤ ਤੱਕ ਸਿੱਖਾਂ ਦੀਆਂ ਮਿਸਲਾਂ ਬਾਰੇ ਗੱਲਬਾਤ ਕਰਾਂਗੀ। ਸਤਾਰਾਂ ਮਗਰੋਂ ਸਿੱਖਾਂ ਨੇ ਪੰਜਾਬ ਦੇ ਬਹੁਤੇ ਇਲਾਕਿਆਂ ਉੱਪਰ ਪੱਕਾ ਕਬਜ਼ਾ ਕਰ ਲਿਆ। ਇਹਨਾਂ ਇਲਾਕਿਆਂ ਉੱਪਰ ਸਰਦਾਰ ਜੱਸਾ ਸਿੰਘ ਆਲੂਵਾਲੀਆ, ਚੜ੍ਹਤ ਸਿੰਘ ਸੁਕਰਚੱਕੀਆਂ, ਹਰੀ ਸਿੰਘ ਭੰਗੀ, ਝੰਡਾ ਸਿੰਘ ਗੰਡਾ ਸਿੰਘ, ਜੈ ਸਿੰਘ ਕਨਈਆ, ਗੁੱਜਰ ਸਿੰਘ, ਜੱਸਾ ਸਿੰਘ ਰਾਮਗੜੀਆ, ਸਾਹਿਬ ਸਿੰਘ ਹੋਰਾਂ ਦਾ ਕਬਜ਼ਾ ਹੋ ਚੁੱਕਿਆ ਸੀ। ਇਹਨਾਂ ਸਿੱਖ ਮਿਸਲਾਂ ਦੇ ਸਰਦਾਰ ਬਹੁਤੇ ਜੱਟ ਸਨ, ਆਮ ਬੰਦਿਆਂ ਵਿੱਚੋਂ ਉੱਗ ਕੇ ਅੱਗੇ ਆਏ ਸਨ। ਉਹਨਾਂ ਦੀ ਕਾਮਯਾਬੀ ਦਾ ਕਾਰਨ ਉਹਨਾਂ ਵਿੱਚ ਇਨਕਲਾਬੀ ਸੋਚ, ਬਹਾਦਰੀ, ਇੱਕ ਦੂਜੇ ਦਾ ਸਾਥ, ਕਮਜ਼ੋਰਾਂ ਦੀ ਮਦਦ, ਧਰਮ ਨਾਲ ਜੁੜਤ ਅਤੇ ਧਰਤੀ ਨਾਲ ਸੁੱਚਾ ਪਿਆਰ ਸੀ। ਦਲ ਖਾਲਸਾ ਹੇਠ ਇਕੱਠ ਅਤੇ ਗੁਰਮਤਾ ਉਹਨਾਂ ਦੀ ਸਾਂਝ ਦੇ ਮਰਕਜ਼ ਸੀ। ਕਿਸਾਨ, ਤਰਖਾਣ, ਨਾਈ, ਮੋਚੀ, ਭੰਗੀ, ਕਾਰੀਗਰ, ਵਪਾਰੀ ਅਤੇ ਦੁਕਾਨਦਾਰ ਉਹਨਾਂ ਦੇ ਹਮਾਇਤੀ ਸਨ। ਆਪਣੇ ਆਪਣੇ ਇਲਾਕਿਆਂ ਦੇ ਉਹ ਖੁਦ ਮੁਖਤਾਰ ਸਰਦਾਰ ਬਣ ਗਏ ਸੀ। ਹਰ ਸਰਦਾਰ ਦੀ ਆਪਣੀ ਫੌਜ ਸੀ, ਆਪਣਾ ਦੀਵਾਨ, ਥਾਣੇਦਾਰ ਤੇ ਕਾਰਦਾਰ ਸੀ। ਆਮਦਨ ਜ਼ਮੀਨਾਂ ਤੋਂ ਮਿਲਦੀ ਸੀ। ਜੱਸਾ ਸਿੰਘ ਆਲੂਵਾਲੀਆ, ਜੈ ਸਿੰਘ ਕਨਈਆ, ਚੜ੍ਹਤ ਸਿੰਘ, ਗੋਜਰ ਸਿੰਘ, ਭੰਗੀ ਸਰਦਾਰ ਅਤੇ ਜੱਸਾ ਸਿੰਘ ਰਾਮਗੜੀਆ ਉਸ ਵੇਲੇ ਤਾਕਤਵਰ ਸਰਦਾਰ ਬਣ ਗਏ ਸੀ। ਸਿੱਖਾਂ ਹੇਠਲੇ ਇਲਾਕਿਆਂ ਤੋਂ ਜੱਸਾ ਸਿੰਘ ਆਲੂਵਾਲੀਆ ਨੂੰ ਹਰ ਸਾਲ ਲੱਖਾਂ ਰੁਪਿਆਂ ਦੀ ਆਮਦਨ ਹੁੰਦੀ ਸੀ। ਇਸ ਆਮਦਨ ਨਾਲ ਸਰਦਾਰ ਹੋਰ ਬਲਵਾਨ ਹੋ ਗਏ। ਚੜ੍ਹਤ ਸਿੰਘ ਇੱਕ ਆਮ ਮਨੁੱਖ ਤੋਂ ਬਲਵਾਨ ਮਿਸਲਦਾਰ ਬਣ ਗਿਆ। ਵੱਡੇ ਘੱਲੂਘਾਰੇ ਵਿੱਚ ਬਹਾਦਰੀ ਮਗਰੋਂ ਚੜ੍ਹਤ ਸਿੰਘ ਸਿੱਖਾਂ ਦਾ ਇੱਕ ਹਰਮਨ ਪਿਆਰਾ ਯੋਧਾ ਬਣ ਗਿਆ। ਜੇ ਅਸੀਂ ਅਬਦਾਲੀ ਮਗਰੋਂ ਦੇ ਲਾਹੌਰ ਦੀ ਗੱਲ ਕਰੀਏ ਤਾਂ 1765 ਵਿੱਚ ਅਬਦਾਲੀ ਦੇ ਜਾਣ ਮਗਰੋਂ ਭੰਗੀ ਮਿਸਲ ਦੇ ਸਰਦਾਰਾਂ ਲਹਿਣਾ ਸਿੰਘ ਤੇ ਗੋਜਰ ਸਿੰਘ ਨੇ ਪੂਰਬੀ ਖਾਦਮਾਂ ਅਤੇ ਮੁਸਲਮਾਨ ਮਾਲੀਆਂ ਨਾਲ ਗੱਠਜੋੜ ਕਰਕੇ ਲਾਹੌਰ ਦੇ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਨਿਆਜ਼ ਬੇਗ ਦਾ ਸਰਦਾਰ ਸੋਭਾ ਸਿੰਘ ਵੀ ਭੰਗੀ ਸਰਦਾਰਾਂ ਨਾਲ ਹੱਥ ਮਿਲਾਉਂਦਾ। ਸੋਭਾ ਸਿੰਘ ਨੂੰ ਨਿਆਜ਼ ਬੇਗ, ਮੁਜ਼ੰਗ, ਚੁਬੁਰਜੀ ਅਤੇ ਇਛਰਾ ਦੇ ਇਲਾਕੇ ਮਿਲਦੇ ਨੇ, ਜਦਕਿ ਗੋਜਰ ਸਿੰਘ ਨੂੰ ਲਾਹੌਰ ਦੇ ਚੜ੍ਹਦੇ ਇਲਾਕੇ ਮਿਲੇ, ਜਿਨ੍ਹਾਂ ਵਿੱਚ ਸ਼ਾਲਾਮਾਰ ਬਾਗ ਵੀ ਸ਼ਾਮਲ ਸੀ। ਗੋਜਰ ਸਿੰਘ ਨੇ ਕਿਲ੍ਹਾ ਗੋਜਰ ਸਿੰਘ ਆਬਾਦ ਕੀਤਾ, ਜਦਕਿ ਲਹਿਣਾ ਸਿੰਘ ਨੂੰ ਲਾਹੌਰ ਕਿਲ੍ਹਾ, ਸ਼ਾਹੀ ਮਸਜਿਦ, ਮਸਤੀ, ਕਸ਼ਮੀਰੀ ਅਤੇ ਸ਼ੇਰਾਂ ਵਾਲਾ ਦਰਵਾਜ਼ਿਆਂ ਦੇ ਇਲਾਕੇ ਮਿਲੇ। ਗੋਜਰ ਸਿੰਘ ਅਤੇ ਲਹਿਣਾ ਸਿੰਘ ਨੇ ਲਾਹੌਰ ਨੂੰ ਗੁਰੂ ਦਾ ਕੋਠਾ ਆਖ ਕੇ ਸ਼ਹਿਰ ਦੀ ਹਿਫਾਜ਼ਤ ਦਾ ਜ਼ਿੰਮਾ ਲਿਆ। ਸੁਕਰਚੱਕੀਆਂ ਦੇ ਸਰਦਾਰ ਚੜ੍ਹਤ ਸਿੰਘ ਨੂੰ ਜਦੋਂ ਲਾਹੌਰ ਉੱਪਰ ਭੰਗੀਆਂ ਦੇ ਕਬਜ਼ੇ ਦਾ ਪਤਾ ਚੱਲਿਆ ਤਾਂ ਉਹ ਲਾਹੌਰ ਆ ਕੇ ਭੰਗੀਆਂ ਤੋਂ ਆਪਣਾ ਹਿੱਸਾ ਮੰਗ ਲੈਂਦਾ। ਸਰਦਾਰ ਚੜ੍ਹਤ ਸਿੰਘ ਇੱਕ ਬਲਵਾਨ ਯੋਧਾ ਸੀ, ਭੰਗੀ ਉਸ ਨੂੰ ਇਨਕਾਰ ਨਹੀਂ ਸੀ ਕਰ ਸਕਦੇ।
ਭੰਗੀ ਸਰਦਾਰਾਂ ਸਰਦਾਰ ਚੜ੍ਹਤ ਸਿੰਘ ਨੂੰ ਜ਼ਮਜ਼ਮਾ ਤੋਪ ਭੇਂਟ ਕਰ ਦਿੱਤੀ। 2000 ਸਿਪਾਹੀਆਂ ਨਾਲ ਚੜ੍ਹਤ ਸਿੰਘ ਉਹ ਤੋਪ ਗੁਜਰਾਂਵਾਲੇ ਲੈ ਗਿਆ। ਇਹ ਤੋਪ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਲੜਾਈ ਲਈ ਲਾਹੌਰ ਵਿੱਚ ਬਣਵਾਈ ਸੀ। ਇਹ ਤੋਪ ਅੱਜ ਵੀ ਲਾਹੌਰ ਮਿਊਜ਼ੀਅਮ ਸਾਹਮਣੇ ਮਾਲ ਰੋਡ ਉੱਪਰ ਖੜੀ ਹੈ। ਸਿੱਖ ਮਿਸਲਾਂ ਦੇ ਸਰਦਾਰਾਂ ਦੀ ਆਪਣੀ ਆਪਣੀ ਵੱਖ ਵੱਖ ਵੱਧਦੀ ਤਾਕਤ ਕਾਰਨ ਇੱਕ ਦੂਜੇ ਨਾਲ ਈਰਖਾ ਵਧਣ ਲੱਗ ਪਈ। ਰਾਜ ਭਾਗ ਦੀ ਲੜਾਈ ਕਾਰਨ ਉਹਨਾਂ ਵਿਚਕਾਰ ਫੁੱਟ ਪੈਣ ਲੱਗ ਪਈ। ਚੜ੍ਹਤ ਸਿੰਘ ਨੇ ਗੁਜਰਾਂਵਾਲੇ ਤੋਂ ਨਿਕਲ ਕੇ ਜਦ ਪੋਠੋਹਾਰ ਦੇ ਇਲਾਕੇ ਪਿੰਡ ਦਾਦਨ ਖਾਨ ਅਤੇ ਖਿਓੜਾ ਦੀਆਂ ਲੂਣ ਦੀਆਂ ਕਾਨਾਂ ਉੱਪਰ ਕਬਜ਼ਾ ਕੀਤਾ ਤੇ ਭੰਗੀ ਸਰਦਾਰਾਂ ਨਾਲ ਉਸ ਦੀ ਦੁਸ਼ਮਣੀ ਪੈ ਗਈ। ਇਸੇ ਤਰ੍ਹਾਂ ਜੱਸਾ ਸਿੰਘ ਰਾਮਗੜੀਆ ਤੇ ਜੈ ਸਿੰਘ ਕਨਈਆ ਵਿਚਕਾਰ ਫੁੱਟ ਕਸੂਰ ਦੀ ਜਿੱਤ ਸਮੇਂ ਲੁੱਟ ਦੇ ਮਾਲ ਦੀ ਵੰਡ ਪਾਰੋਂ ਪਈ। ਜੱਸਾ ਸਿੰਘ ਰਾਮਗੜੀਆ ਨੇ ਕਾਂਗੜੇ ਦੀ ਰਿਆਸਤ ਉੱਪਰ ਹਮਲਾ ਕੀਤਾ ਅਤੇ ਉੱਥੋਂ ਦੇ ਰਾਜਾ ਘੁਮੰਡ ਚੰਦ ਨੂੰ ਹਰਾ ਦਿੱਤਾ। ਕਾਂਗੜੇ ਦੀ ਜਿੱਤ ਸਿੱਖਾਂ ਦੇ ਇਤਿਹਾਸ ਵਿੱਚ ਵੱਡੀ ਜਿੱਤ ਮੰਨੀ ਜਾਂਦੀ ਹੈ, ਕਿਉਂਕਿ ਇਸ ਜਿੱਤ ਮਗਰੋਂ ਪੰਜਾਬ ਦੀਆਂ ਰਹਿੰਦੀਆਂ ਪਹਾੜੀ ਰਿਆਸਤਾਂ ਦੀ ਜਿੱਤ ਲਈ ਸਿੱਖਾਂ ਦੇ ਰਾਹ ਸਾਫ਼ ਹੋ ਗਏ। ਪਠਾਨਕੋਟ ਦਾ ਇਲਾਕਾ ਭੰਗੀ ਸਰਦਾਰ ਗੰਡਾ ਸਿੰਘ ਦੇ ਭਰਾ ਨੰਦ ਸਿੰਘ ਦੇ ਕਬਜ਼ੇ ਵਿੱਚ ਸੀ। ਉਹਦੀ ਮੌਤ ਮਗਰੋਂ ਉਹਦੀ ਘਰਵਾਲੀ ਨੇ ਆਪਣੀ ਧੀ ਦਾ ਸਾਖ ਕਨਈਆ ਵੱਲ ਕਰ ਦਿੱਤਾ। ਇਸ ਤਰ੍ਹਾਂ ਪਠਾਨਕੋਟ ਕਨਈਆ ਮਿਸਲ ਵੱਲ ਚਲਾ ਗਿਆ। ਭੰਗੀ ਮਿਸਲ ਦੇ ਸਰਦਾਰ ਪਠਾਨਕੋਟ ਕਨਈਆ ਮਿਸਲ ਤੋਂ ਵਾਪਸ ਲੈਣ ਲਈ ਹਮਲਾ ਕਰਨ ਦਾ ਫੈਸਲਾ ਕਰਦੇ ਨੇ। ਇਸ ਕੰਮ ਲਈ ਉਹ ਜੱਸਾ ਸਿੰਘ ਰਾਮਗੜੀਏ ਤੋਂ ਮਦਦ ਮੰਗ ਲੈਂਦੇ ਨੇ। ਦੂਜੇ ਪਾਸੇ ਕਨਈਆ ਮਿਸਲ ਦੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਤੇ ਚੜ੍ਹਤ ਸਿੰਘ ਨੂੰ ਵੰਗਾਰ ਲੈਂਦੇ ਨੇ। ਭੰਗੀ ਸਰਦਾਰਾਂ ਪਠਾਨਕੋਟ ਲਈ ਕਨਈਆ ਮਿਸਲ 'ਤੇ ਹਮਲਾ ਕਰ ਦਿੱਤਾ। ਤਵੀ ਨਦੀ ਕੰਢੇ ਘੋਰ ਲੜਾਈ ਹੋਈ। ਭੰਗੀ ਰਾਮਗੜੀਆ ਰਣਜੀਤ ਦੇਵ ਅਤੇ ਪੀਰ ਮੁਹੰਮਦ ਚੱਠਾ ਇੱਕ ਪਾਸੇ ਸਨ, ਕਨਈਏ ਆਲੂਵਾਲੀਆ ਅਤੇ ਚੜ੍ਹਤ ਸਿੰਘ ਦੂਜੇ ਪਾਸੇ ਸਨ। ਇਸ ਲੜਾਈ ਵਿੱਚ ਭੰਗੀ ਮਿਸਲ ਨੂੰ ਹਾਰ ਹੋਈ। ਜੰਮੂ ਵਿੱਚ ਜਦੋਂ ਰਾਜ ਪਰਿਵਾਰ ਵਿੱਚ ਲੜਾਈ ਹੋਈ ਤਾਂ ਜੰਮੂ ਦੇ ਰਾਜਿਆਂ ਵਿੱਚੋਂ ਕੁਝ ਨੂੰ ਚੜ੍ਹਤ ਸਿੰਘ ਦੀ ਹਲਾਸ਼ੇਰੀ ਸੀ, ਜਦਕਿ ਦੂਜਿਆਂ ਨੂੰ ਭੰਗੀ ਸਰਦਾਰਾਂ ਨੇ ਮੋਢਾ ਦਿੱਤਾ। ਜੰਮੂ ਦੇ ਇਸ ਮਸਲੇ ਵਿੱਚ ਇੱਕ ਦਿਨ ਚੜ੍ਹਤ ਸਿੰਘ ਦੀ ਆਪਣੀ ਬੰਦੂਕ ਫੱਟ ਗਈ, ਜਿਸ ਨਾਲ ਉਸ ਦੀ 1770 ਵਿੱਚ ਮੌਤ ਹੋ ਗਈ। ਚੜ੍ਹਤ ਸਿੰਘ ਦੀ ਮੌਤ ਮਗਰੋਂ ਉਸ ਦਾ ਵੱਡਾ ਪੁੱਤਰ ਮਹਾਂ ਸਿੰਘ ਮਿਸਲਦਾਰੀ ਸੰਭਾਲਦਾ ਹੈ। 1775 ਵਿੱਚ ਜੱਸਾ ਸਿੰਘ ਆਲੂਵਾਲੀਆ ਉੱਪਰ ਬਟਾਲੇ ਨੇੜੇ ਜੱਸਾ ਸਿੰਘ ਰਾਮਗੜੀਆ ਦੇ ਭਰਾ ਹਮਲਾ ਕਰਦੇ ਨੇ ਅਤੇ ਆਲੂਵਾਲੀਆ ਨੂੰ ਬੰਦੀ ਬਣਾ ਲੈਂਦੇ ਨੇ। ਰਾਮਗੜੀਆ ਆਪਣੇ ਭਰਾਵਾਂ ਦੀ ਹਰਕਤ ਦੀ ਆਲੂਵਾਲੀਆ ਤੋਂ ਮਾਫ਼ੀ ਮੰਗਦਾ, ਪਰ ਇਸ ਤੋਂ ਮਗਰੋਂ ਜੱਸਾ ਸਿੰਘ ਆਲੂਵਾਲੀਆ ਅਤੇ ਜੱਸਾ ਸਿੰਘ ਰਾਮਗੜੀਆ ਵਿਚਕਾਰ ਦੁਸ਼ਮਣੀ ਦਾ ਮੁੱਢ ਬੱਝ ਜਾਂਦਾ। 1776 ਵਿੱਚ ਜੱਸਾ ਆਲੂਵਾਲੀਆ ਨੇ ਸੁਕਰਚੱਕੀਆਂ ਕਨਈਆ ਅਤੇ ਭੰਗੀ ਮਿਸਲਾਂ ਨਾਲ ਰਲ ਕੇ ਰਾਮਗੜੀਆ ਦੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਇੱਕ ਵਕਤ ਐਸਾ ਆਇਆ ਕਿ ਸਾਰੇ ਸਿੱਖ ਸਰਦਾਰਾਂ ਰਲ ਕੇ ਦਿੱਲੀ ਉੱਤੇ ਹਮਲਾ ਕਰਨ ਦਾ ਮਤਾ ਪਕਾਇਆ। ਇੰਜ ਮਾਰਚ 1783 ਵਿੱਚ ਸਿੱਖ ਦਿੱਲੀ ਸ਼ਹਿਰ ਵਿੱਚ ਦਾਖਲ ਹੋ ਗਏ। ਮੁਗਲ ਬਾਦਸ਼ਾਹ ਸ਼ਾਹ ਆਲਮ ਸਾਨੀ ਮੁਕਾਬਲਾ ਨਾ ਕਰ ਸਕਿਆ ਅਤੇ ਇੰਜ ਸਿੱਖ ਦਿੱਲੀ ਦੇ ਕਈ ਦਿਨਾਂ ਲਈ ਮਾਲਕ ਬਣ ਗਏ। 1783 ਵਿੱਚ ਬਲਵਾਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਚਲਾਣਾ ਕਰ ਗਿਆ। ਮਹਾਂ ਸਿੰਘ ਸੁਕਰਚੱਕੀਆਂ ਨੇ ਜੰਮੂ ਸ਼ਹਿਰ 'ਤੇ ਹਮਲਾ ਕੀਤਾ ਅਤੇ ਜੰਮੂ ਦੇ ਰਾਜ ਤੋਂ ਖਰਾਜ ਵੀ ਲਿਆ, ਨਾਲੇ ਸ਼ਹਿਰ ਨੂੰ ਲੁੱਟਿਆ ਵੀ। ਇਸ ਹਮਲੇ ਦੀ ਮਨਸੂਬਾਬੰਦੀ ਮਹਾਂ ਸਿੰਘ ਅਤੇ ਜੈ ਸਿੰਘ ਕਨਈਆ ਨੇ ਰਲ ਕੇ ਕੀਤੀ ਸੀ, ਪਰ ਮਹਾਂ ਸਿੰਘ ਨੇ ਕੱਲਿਆਂ ਹੀ ਸ਼ਹਿਰ 'ਤੇ ਹਮਲਾ ਵੀ ਕੀਤਾ, ਨਾਲੇ ਧਨ ਵੀ ਜੋੜ ਲਿਆ। ਜੈ ਸਿੰਘ ਨੂੰ ਇਸ ਗੱਲ ਤੋਂ ਮਹਾਂ ਸਿੰਘ ਚੰਗਾ ਨਾ ਲੱਗਿਆ ਅਤੇ ਉਸ ਨੇ ਆਪਣਾ ਹਿੱਸਾ ਮੰਗਿਆ। ਮਹਾਂ ਸਿੰਘ ਨੇ ਜੈ ਸਿੰਘ ਨੂੰ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ। ਇੰਜ ਜੈ ਸਿੰਘ ਨੇ ਮਜੀਠੀਆ ਨੇੜੇ ਮਹਾਂ ਸਿੰਘ ਦੀਆਂ ਫੌਜਾਂ ਉੱਪਰ ਹਮਲਾ ਕਰਕੇ ਉਸ ਨੂੰ ਹਰਾ ਦਿੱਤਾ। 1784 ਵਿੱਚ ਦੀਵਾਲੀ ਦੇ ਮੌਕੇ ਉੱਪਰ ਸਾਰੇ ਸਰਦਾਰ ਅੰਮ੍ਰਿਤਸਰ ਇਕੱਠੇ ਹੋਏ। ਉੱਥੇ ਜੈ ਸਿੰਘ ਕਨਈਆ ਅਤੇ ਮਹਾਂ ਸਿੰਘ ਦੀ ਆਪਸ ਵਿੱਚ ਤੂੰ ਤੂੰ ਮੈਂ ਹੋ ਗਈ। ਮਹਾਂ ਸਿੰਘ ਨੇ ਕਨਈਆ ਮਿਸਲ ਤੋਂ ਬਦਲਾ ਲੈਣ ਦਾ ਸੋਚਿਆ ਅਤੇ ਉਸ ਨੇ ਜੱਸਾ ਸਿੰਘ ਰਾਮਗੜੀਆ ਅਤੇ ਰਾਜਾ ਸੰਸਾਰ ਚੰਦ ਨੂੰ ਵੰਗਾਰ ਪਾਈ। ਭੰਗੀ ਸਰਦਾਰ ਵੀ ਜੈ ਸਿੰਘ ਦੇ ਖਿਲਾਫ ਹੋ ਗਏ ਅਤੇ ਇੰਜ ਸਭ ਨੇ ਰਲ ਕੇ ਕਨਈਆ ਦੇ ਇਲਾਕਿਆਂ ਉੱਤੇ ਹੱਲਾ ਬੋਲ ਦਿੱਤਾ। ਬਟਾਲੇ ਕੋਲ ਇੱਕ ਪਿੰਡ ਅਚਲ ਵਿੱਚ ਇਹ ਲੜਾਈ ਹੋਈ। ਇਸ ਲੜਾਈ ਵਿੱਚ ਜੈ ਸਿੰਘ ਦਾ ਜਵਾਨ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ। ਇੰਜ ਕਨਈਆ ਮਿਸਲ ਵਿੱਚ ਭਾਜ ਪੈ ਗਈ।
जय सिंह पठानकोट वल नस गया, जबकि गुरबख्श की घरवाली सदा कौर नंगे पैरी बटाले वल नस गई। महान सिंह पिंड पिंड जय सिंह कन्हैया का पिछा कर रहा सी। सदा कौर जय सिंह की नूह सी, वह बड़ी सियाणी ते नीतिवान सी। सदा कौर नूं पता लग चुकिया सी कि उसके घरवाले की मौत मगरों ते जय सिंह की बेअर्थ लड़ाई विचों कुछ नहीं लभना, इसलिए उसने समझौते की गलबात शुरू कर दी। सदा कौर महान सिंह की पत्नी राज कौर नूं मिली तो उसनू कहा कि अपने पुत्र रणजीत सिंह लई उहदी धी महताब कौर का रिश्ता कबूल कर लवे। कुछ चेर मगरों सदा कौर की नीति कारण सुकरचकिया मिसल ते कन्हैया मिसल विचकार रिश्तेदारी हो गई ते दोनों मिसलां विचकार समझौता हो गया। 1767 मगरों लाहौर ते तीन हाकमां की हकूमत चलती रही। गोजर सिंह 1791, सोभा सिंह 1797, जबकि लहणा सिंह 1798 विच चलाणा कर गए। उन्हां मगरों उन्हां दियां औलादां लाहौर ते हकूमत कीती। 1793 विच अहमद शाह अब्दाली दा पुत्र तैमूर शाह भी चलाणा कर जांदा है। उस मगरों उस दा पुत्र जमान शाह तख्त नशीन हुंदा है। जमान शाह सिखां कोलों अपने दादे दे इलाके छुडाउण लई दो बार लाहौर आंदा है पर वापस परत जांदा है। 1798 विच ओ आखिरी वार जदों लाहौर आंदा है ते ओ लाहौर ते कब्जा कर लैंदा है, पर कुछ चिर मगरों अपने भरा दी मौत दा सुन के वापस परत जांदा है ते फिर कदे लाहौर नहीं आ सकता। महान सिंह 1790 विच चलाणा कर जांदा है ते उस दा पुत्र रणजीत सिंह सुकरचकिया मिसल दा सरदार बनदा है। शेरे पंजाब महाराजा रणजीत सिंह तो पहला दे पंजाब दा सफर साडा हुण मुकदा है। आने वाली वीडियोज़ असी महाराजा रणजीत सिंह दे राज भाग, खालसा राज, हलीमी राज या फिर पंजाबी राज दियाँ गल्लां करांगे। हूँ असी पंजाब दे राज दियाँ गल्लां करांगे। मैनू आस है कि हूँ तक दा मेरा काम तुहानू पसंद आया होएगा और उम्मीद करनी हाँ कि तुसी चैनल खोजो नाल इंज ही जुड़े रहोगे। जे तुसी चाहते हो कि मैं अपना काम जारी रखा तो मेरी रिक्वेस्ट है कि तुसी यूट्यूब ते वध तो वध वीडियोज़ वेखो भी ते शेयर भी करो, चैनल नू सबसक्राइब करो, जबकि फेसबुक ते स्टार दे के मेरे काम नू सपोर्ट करो। जे तुसी वैसे सपोर्ट करना चाहते हो तो डिस्क्रिप्शन विच मैं ईमेल एड्रैस दे दिता है, उत्थे तुसी राबता कर सकते हो। जिउंदे बसदे रहो, रब राखा।